ਅੱਜ ਕੱਲ੍ਹ ਕਿਸੇ ਦੀ ਵੀ ਜ਼ਿੰਦਗੀ ਦਾ ਇੱਕ ਮਿੰਟ ਦਾ ਵੀ ਭਰੋਸਾ ਨਹੀਂ। ਘਰ ਤੋਂ ਚੰਗੀ ਭਲੀ ਗਈ ਕੁੜੀ ਅਤੇ ਕੰਮ ਕਰਕੇ ਖੁਸ਼ੀ ਖੁਸ਼ੀ ਵਾਪਸ ਘਰ ਨੂੰ ਪਰਤ ਰਹੀ ਸੀ। ਘਰ ਜਾਣ ਤੋਂ ਪਹਿਲਾਂ ਉਸਨੇ ਰਾਹ ਦੇ ਵਿੱਚ ਮੁੰਡੇ ਤੋਂ ਲਿਫਟ ਲਈ ਅਤੇ ਇਸੇ ਦਰਮਿਆਨ ਹੀ ਇੰਜ ਹੋਇਆ ਕਿ ਜਿਵੇਂ ਉਸਦੀ ਹੋਣੀ ਇੰਜ ਹੀ ਲਿਖੀ ਹੋਵੇ। ਮੋਟਰਸਾਈਕਲ 'ਤੇ ਬੈਠਣ ਦੀ ਦੇਰ ਸੀ ਕਿ ਕੁਝ ਮਿੰਟਾਂ ਦੇ ਵਿੱਚ ਕੁੜੀ ਦੀ ਜਾਨ ਨਿਕਲ ਗਈ। ਹਾਲਾਂਕਿ ਜਿਹੜਾ ਮੁੰਡਾ ਮੋਟਰਸਾਈਕਲ ਚਲਾ ਰਿਹਾ ਸੀ ਉਸ ਤੋਂ ਕੁਝ ਵੀ ਨਹੀਂ ਹੋਇਆ, ਪਰ ਇਸ ਕੁੜੀ ਦੇ ਉੱਪਰੋਂ ਕਿੱਦਾਂ ਟਰੱਕ ਲੰਘ ਗਿਆ ਉਹ CCTV ਦੇਖਣ ਤੋਂ ਬਾਅਦ ਮਾਪਿਆਂ ਦੀਆਂ ਵੀ ਤਾਹਾਂ ਨਿਕਲ ਗਈਆਂ। ਫਿਲੌਰ ਤੋਂ ਦਿਲ ਡੋਲਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਤਲਣ ਰੋਡ 'ਤੇ ਪੈਟਰੋਲ ਪੰਪ ਦੇ ਨੇੜੇ ਮੋਟਰਸਾਈਕਲ 'ਤੇ ਜਾ ਰਹੀ ਕੁੜੀ ਟਰੱਕ ਦੇ ਹੇਠਾਂ ਆ ਗਈ। ਮੋਟਰਸਾਈਕਲ ਚਾਲਕ ਜ਼ਖਮੀ ਹੈ ਮੁੰਡਾ। ਉਸਦੇ ਵੱਲੋਂ ਹੀ ਦੱਸਿਆ ਗਿਆ ਕਿ ਕਿੰਜਸ ਪੂਰੀ ਘਟਨਾ ਦੇ ਵਿੱਚ ਉਸ ਦੇ ਨਾਲ ਜਾਣਕਾਰ ਕੁੜੀ ਜੋ ਜਾ ਰਹੀ ਸੀ ਉਸਦੀ ਜਾਨ ਗਈ ਹੈ, ਜਦੋਂ ਕਿ ਮੁੰਡੇ ਦੇ ਗੁੱਟ 'ਤੇ ਸੱਟ ਵੱਜੀ। ਇਲਾਜ ਦੇ ਲਈ ਹਸਪਤਾਲ ਵਿਖੇ ਭਰਤੀ ਮੁੰਡੇ ਦੇ ਵੱਲੋਂ ਸਾਰਾ ਕੁਝ ਦੱਸਿਆ ਜਾ ਰਿਹਾ ਹੈ। ਫਿਲੌਰ ਵਿਖੇ ਉਸਨੂੰ ਦਾਖਲ ਕਰਵਾਇਆ ਗਿਆ। ਘਟਨਾ ਦੀ ਖਬਰ ਮਿਲਦਿਆਂ ਜਿੱਥੇ ਥਾਣਾ ਮੁਖੀ ਫਿਲੌਰ ਦੇ ASI ਸੁਭਾਸ਼ ਚੰਦਰ ਨੇ ਪਹੁੰਚ ਕੇ ਮ੍ਰਿਤਕ ਲੜਕੀ ਦੀ ਦੇਹ ਨੂੰ ਸਿਵਲ ਹਸਪਤਾਲ ਵਿਖੇ ਰਖਵਾਇਆ ਤਾਂ ਉੱਥੇ ਹੀ ਪਤਾ ਲੱਗਿਆ ਕਿ ਇਸ ਕੁੜੀ ਦੀ ਪਛਾਣ ਨਾਬਾਲਗ ਹੈ ਅਤੇ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ। ਮਨਦੀਪ ਕੌਰ ਪੁੱਤਰੀ ਮੇਜਰ ਸਿੰਘ ਵਾਸੀ ਪਿੰਡ ਮਾਓ ਸਾਹਿਬ ਦੀ ਰਹਿਣ ਵਾਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਲੁਧਿਆਣਾ ਵਿਖੇ ਕੰਮਕਾਰ ਕਰਦੀ ਸੀ, ਜੋ ਕਿ ਸ਼ੁੱਕਰਵਾਰ ਨੂੰ ਆਪਣੇ ਜਾਣਕਾਰ ਦੀਪਕ ਪੁੱਤਰ ਤੇਜੂ ਰਿਸ਼ੀ ਵਾਸੀ ਪਿੰਡ ਮਾਓ ਸਾਹਿਬ ਦੇ ਨਾਲ ਮੋਟਰਸਾਈਕਲ 'ਤੇ ਫਿਲੌਰ ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੀ ਸੀ। ਹਾਲਾਂਕਿ ਮੁੰਡੇ ਨੇ ਕਿਹਾ ਵੀ ਸੀ ਕਿ ਉਸਨੇ ਪਿੰਡ ਵੱਲ ਨੂੰ ਨਹੀਂ ਜਾਣਾ, ਪਰ ਉਸਨੂੰ ਨੇੜੇ ਹੀ ਉਤਾਰ ਦੇਵੇਗਾ ਤਾਂ ਜੋ ਉਹ ਆਟੋ ਦੇ ਵਿੱਚ ਬੈਠ ਕੇ ਚਲੀ ਜਾਵੇਗੀ। ਨਹੀਂ ਪਤਾ ਸੀ ਕਿ ਇਹ ਥੋੜ੍ਹਾ ਜਿਹਾ ਰਸਤਾ ਜੋ ਉਸਨੇ ਮੋਟਰਸਾਈਕਲ 'ਤੇ ਬੈਠ ਕੇ ਪਾਰ ਕਰਨਾ ਸੀ, ਇਸ ਦਰਮਿਆਨ ਹੀ ਉਸਦੀ ਜਾਨ ਜਾਣੀ ਹੈ। ਰਸਤੇ ਦੇ ਵਿੱਚ ਹੀ ਮੋਟਰਸਾਈਕਲ ਦੇ ਨਾਲ ਉਸਦੀ ਪਹਿਲਾਂ ਟੱਕਰ ਹੋਈ ਅਤੇ ਉਸ ਤੋਂ ਬਾਅਦ ਸੰਤੁਲਨ ਵਿਗੜਿਆ। ਮੋਟਰਸਾਈਕਲ ਤੋਂ ਕੁੜੀ ਹੇਠਾਂ ਡਿੱਗ ਪਈ ਅਤੇ ਨਾਲ ਹੀ ਉੱਥੇ ਖੜ੍ਹਾ ਟਰੱਕ ਚੱਲ ਪਿਆ, ਜੋ ਕਿ ਉਸਦੇ ਸਿਰ ਦੇ ਉੱਪਰੋਂ ਦੀ ਲੰਘ ਗਿਆ। ਫਿਲਹਾਲ ਪੁਲਿਸ ਦਾ ਕਹਿਣਾ ਸੀ ਕਿ ਜਾਂਚ ਪੜਤਾਲ ਜਾਰੀ ਹੈ, ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ। ਪਰ ਇਸ ਦੁਰਘਟਨਾ 'ਤੇ ਵਾਪਰਨ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਿੰਡ ਮਾਓ ਸਾਹਿਬ ਜੀ, ਮੈਂ ਕੰਮ ਤੋਂ ਆ ਰਿਹਾ ਸੀਗਾ ਜੀ ਬਾਈਕ 'ਤੇ, ਤੇ ਫਲੋਰ ਮੈਨੂੰ ਟੱਕਰ ਵੀ, ਤੇ ਮੈਂ ਉਹ ਮੈਨੂੰ ਮੈਂ ਕਿਹਾ ਵੀ ਉਹ ਕਹਿੰਦੀ ਮੈਨੂੰ ਛੱਡਿਆ ਬਈ, ਮੈਂ ਕਿਹਾ ਚਲੋ ਮੈਂ ਗੰਨੇ ਪਿੰਡ ਹੀ ਜਾਣਾ ਕੰਮ 'ਤੇ, ਤੈਨੂੰ ਉੱਥੇ ਉਤਾਰ ਦੂੰਗਾ, ਤੂੰ ਉੱਥੋਂ ਆਟੋ ਹੀ ਬਹਿ ਜੀ। ਮੈਂ ਉੱਥੇ ਗੰਨੇ ਪਿੰਡ ਜਾ ਰਿਹਾ ਸੀ, ਬਸ ਰਸਤੇ 'ਚ ਮੋਟਰਸਾਈਕਲ ਬਾਈਕ ਮੋਟਰਸਾਈਕਲ ਬਹੁਤ ਤੇਜ਼ ਸੀਗਾ ਮੂਹਰੇ, ਜਿਹੜਾ ਮੇਰੇ ਮੂਹਰੇ ਜਾ ਰਿਹਾ ਸੀਗਾ, ਅਤੇ ਉਹਨੇ ਇੱਕਦਮੀ ਬ੍ਰੇਕ ਮਾਰਤੀ, ਮੈਂ ਉਹਨਾਂ ਦੇ ਵਿੱਚ ਲੱਗਾ ਮੋਟਰਸਾਈਕਲ 'ਚ, ਮੋਟਰਸਾਈਕਲ ਦੇ ਵਿੱਚ ਵੱਜ ਗਿਆ ਸੀ ਸਾਈਡ ਨੂੰ ਡੈਪੇ, ਸਾਈਡ ਨੂੰ ਡਿੱਗਿਆ ਫਿਰ ਟਰੱਕ ਉੱਪਰ ਚੜ ਗਿਆ। ਕੀ ਲੜਕੀ ਨੌਨ ਸੀ ਤੁਹਾਡੇ? ਹਾਂਜੀ ਨੌਨ ਸੀ ਲੜਕੀ, ਵਾਕਫ ਸੀ, ਜਾਣਦੇ ਸੀ? ਜਾਣਦੇ ਸੀ। ਤੁਹਾਡੇ ਕੀ ਲੱਗਿਆ? ਮੇਰੇ ਤਾਂ ਗੁੱਟ ਦੇ ਲੱਗੇ ਬਸ। ਮੇਰਾ ਨਾਮ ਡਾਕਟਰ ਰੋਹਿਤ ਹੈ, SDH ਫਲੌਰ ਤੋਂ। ਇੱਕ ਸਾਡੇ ਕੋਲ 2 ਪੇਸ਼ੈਂਟ ਆਏ ਸੀ ਸਾਡੇ ਤੋਂ, ਇੱਕ ਸੀ ਕੁੜੀ ਜਿਹਦਾ ਨਾਮ ਸੀਗਾ ਮਨਦੀਪ ਕੌਰ, ਡਾਟਰ ਆਫ ਮੇਜਰ ਸਿੰਘ, 16-17 ਸਾਲ ਦੀ ਕੁੜੀ ਸੀਗੀ, ਉਹ ਬਰੋਡਡ ਸੀਗੀ। ਇਹਨਾਂ ਦਾ ਕੋਈ ਐਕਸੀਡੈਂਟ ਹੋਇਆ ਸੀਗਾ ਗੰਨੇ ਪਿੰਡ ਕੋਲ ਲਾਗੇ, ਕੋਈ ਪੈਟਰੋਲ ਪੰਪ ਲਾਗੇ ਕੋਈ ਹੋਇਆ ਸੀ, ਅਤੇ ਉਹ ਤਾਂ ਬਰੋਡਡ ਸੀਗੇ ਕੁੜੀ ਜਿਹੜੀ ਸੀਗੀ। ਇੱਕ ਮੁੰਡਾ ਸੀਗਾ ਦੀਪਕ, ਉਹ ਵੀ ਮਾਓ ਸਾਹਿਬ ਤੋਂ ਹੀ ਹੈ ਮੁੰਡਾ, ਅਤੇ ਉਹਦੇ ਲੈਫਟ ਰਿਸਟ 'ਤੇ ਫ੍ਰੈਕਚਰ ਆ, ਉਹ ਠੀਕ ਆ, ਉਹਦੀ ਕੰਡੀਸ਼ਨ ਬਿਲਕੁਲ ਠੀਕ ਆ। ਗੰਨੇ ਪਿੰਡ ਰੋਡ 'ਤੇ ਸਿਵਾ ਜਿਹੜਾ ਐਕਸੀਡੈਂਟ ਹੋਇਆ ਸੀ ਲੜਕੀ ਦਾ, ਅਤੇ ਟਰੱਕ ਦੇ ਥੱਲੇ ਆਉਣ ਕਰਕੇ ਉਹਦੀ ਲੜਕੀ ਦੀ ਮੌਤ ਹੋ ਗਈ। ਲੜਕੀ ਦੀ ਡੈੱਡ ਬੋਡੀ ਜਿਹੜੀ ਹੈ ਲਿਆ ਕੇ ਜਿਹੜੀ ਸਿਵਲ ਹਸਪਤਾਲ ਕਾਰਵੇਲੀ ਜਮ੍ਹਾਂ ਕਰਾਤੀ ਆ,
ਤੇ ਜੋ ਵੀ ਉਹਦੇ ਪੇਰੈਂਟਸ ਹੋਣਗੇ ਉਹਨਾਂ ਦੇ ਬਿਆਨ ਲਿਖ ਕੇ ਤਾਂ ਅਸੀਂ ਕਾਰਵਾਈ ਕਰਾਂਗੇ। ਕਿੰਨੀ ਉਮਰ ਕਿੰਨੀ ਹੈ ਲੜਕੀ ਦੀ? ਲੜਕੀ ਦੀ ਉਮਰ ਦੇ ਬਾਰੇ ਵਰਗਾ 17-18 ਸਾਲ ਦੇ ਕਰੀਬ ਹੈਗੀ। ਕਾਰਨ ਕਿੱਦਾਂ ਹੋਇਆ ਹਾਦਸੇ ਦਾ? ਹਾਦਸੇ ਦੇ ਕਾਰਨਾਂ ਦਾ ਤਾਂ ਤਫਤੀਸ਼ ਕਰੂੰਗਾ ਮੈਂ, ਦੇਖੂੰਗਾ ਵੀ ਕੀ ਗੱਲ ਹੋਈ।